ਸਦੀ ਦੀ ਸਭ ਤੋਂ ਵੱਡੀ ਬਿਪਤਾ ਨਾਲ ਸੰਘਰਸ਼ ਕਰਨ ਵਾਲਾ ਕੇਰਲਾ ਹਜੇ ਸੰਭਲਣਾ ਸ਼ੁਰੂ ਹੀ ਹੋਇਆ ਸੀ ਕਿ ਹੁਣ ਸੂਬੇ ਦੇ ਸਿਰ ਉੱਤੇ ਇੱਕ ਨਵਾਂ ਖਤਰਾ ਮੰਡਰਾਉਣ ਲੱਗ ਗਿਆ ਕਿਉਂਕਿ ਸੂਬੇ ਦੇ ਲੋਕ ਹੜ੍ਹ ਦੇ ਬਾਅਦ ਰੈਟ ਫੀਵਰ ਦੀ ਗ੍ਰਿਫਤ 'ਚ ਆ ਰਹੇ ਨੇ ਜਿਸ ਦੇ ਤਹਿਤ ਸੂਬੇ 'ਚ ਹੁਣ ਤੱਕ 9 ਮੌਤਾਂ ਹੋ ਚੁੱਕੀਆਂ ਨੇ ਤੇ ਤਕਰੀਬਨ 71 ਲੋਕਾਂ 'ਚ ਇਸ ਦੇ ਲੱਛਣ ਪਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਰੈਟ ਫੀਵਰ ਜਾਨਵਰਾਂ ਰਾਹੀਂ ਮਨੁੱਖਾਂ 'ਚ ਫੈਲਦੀ ਹੈ ਤੇ ਹੜ੍ਹ ਦੌਰਾਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ ਉੱਥੇ ਇਸ ਬਿਮਾਰੀ ਦੇ ਕਹਿਰ ਨੂੰ ਦੇਖਦੇ ਹੋਏ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਕੇਰਲਾ 'ਚ 13,800 ਲੋਕਾਂ ਨੇ ਵੱਖ ਵੱਖ ਬੁਖਾਰ ਦਾ ਇਲਾਜ ਕਰਾਇਆ ਤੇ 11 ਲੋਕਾਂ 'ਚ ਡੇਂਗੂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਇਸ ਬਿਮਾਰੀ ਦੇ ਇਲਾਵਾ ਕੇਰਲਾ 'ਚ ਲੋਕਾਂ ਨੂੰ ਬੁਖਾਰ ਤੇ ਕਈ ਹੋਰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ